उठा ले चल जे ते माता पिता नूं मिल होया इस वारी क्योंकि अहीं पिछले महीना नहीं होया हजे अहीं जा गए हां महीने महीना पूरा भी नहीं होया ते उदों सानूं मिले नहीं उन्होंने घर सिर्फ एंट्री दित्ती सीगी हुण दे दे की हुंदा बोट साडे नूं अद्धी दिहाड़ी लग जाणी आ इहनां नूं छड्ड के अहीं सिद्धा बोटां दौड़े होए ना मानसे इत्थे होए आ मानसे ना जिद्दां बाजार च बस स्टैंडां नूं जा के उधर बोट वाला बंदा उहनूं पुलिस वाले ने नंबर दित्ता हैगा उहनां दा नंबर लै के अहीं कॉन्टैक्ट करके उहनूं कहा 9:30 दा टाइम दित्ता ओ वी उस्ताद दे पिंड आ गए आ थले जिदा नहीं लग जानी गड्डी अपना मोटरसा नहीं लगना तीरा मीरा दे आ दे ले तो भी बाबे के उस्ताद दी वेली आउंदा ओ सामने ओ उंदे मेरा वे ऑफ लिविंग है जोन दा ते दुनिया कहे हंकार जिदी सोच मूर्त दा दे हां जी जान दें भाजी थोड़े जने कट्ठे हो गए ना जो 15-20 जने उदो अभी भी इतने वेट करनी है फिर जाने जो तुम वेट कर लो तो वधिया गल आ भी आ गए होर सारी अपने नाल हाँ उन्होंने मगर जान देना मगर उस्ताद की हवेली अज आप फोर्थ टाइम आए फोर्थ नहीं हाँ चौथे टाइम आए मगर सिद्धू के फादर साहब ने मिलाया अज उन्होंने फस्ट टाइम मिलया मैं तो उदो नहीं मिल दिता अज मैंने देता उन्होंने तो बहुत ज़्यादा ज़्यादा बड़ी ज़्यादा हालात बने हुए हैं जिन्हें मैं सच्ची जीरो है मूँह ही चकते अंकल तो बहुत ज़्यादा हाँ जी वीरे हाँ कि सैटा नहीं मैं चला उधर मैं कोई ना उस्ताद है नहीं गा हजे उत्थे रेड रेड पेंट करता इन्होंने है ना ਅਸੀਂ ਆ ਚੁੱਕੇ ਹਾਂ ਬਾਹਰ ਜਿੱਦਾਂ ਹਵੇਲੀ ਦੇ ਅੰਦਰ ਸਾਨੂੰ ਐਂਟਰੀ ਵੀ ਦਿੱਤੀ ਸਿੱਧੂ ਦੇ ਫਾਦਰ ਸਾਹਿਬ ਨਾਲ ਵੀ ਮਿਲੇ ਹਾਂ ਆਪਾਂ ਅਤੇ ਉਹਨਾਂ ਨੂੰ ਥੋੜ੍ਹਾ ਸੁਣਦਾ ਉੱਚਾ ਵਾ ਜਿੱਦਾਂ ਬਾਕੀ ਬਹੁਤ ਜ਼ਿਆਦਾ ਮਤਲਬ ਨੀਵੀਂ ਪਾਈ ਹੋਈ ਸੀ ਉਹਨਾਂ ਨੇ ਬਹੁਤ ਜ਼ਿਆਦਾ ਲਾ ਲਓ ਲੜਕੀ ਦੇ ਵਿੱਚ ਦੁਖੀ ਬਹੁਤ ਜ਼ਿਆਦਾ ਦੁਖੀ ਆ ਤੁਹਾਨੂੰ ਪਤਾ ਹੀ ਆ ਜਿਹੜਾ ਜਿਹਨਾਂ ਦੇ ਮਾਂ ਪਿਓ ਨੇ ਪੁੱਤ ਖੋਏ ਹੋਏ ਆ ਉਹਨਾਂ ਨੂੰ ਤਾਂ ਉਹ ਦੁੱਖ ਸਮਝ ਸਕਦੇ ਹਜੇ ਅਸੀਂ ਵੀ ਉੱਦਾਂ ਫੀਲ ਨਹੀਂ ਕਰ ਸਕਦੇ ਕੀ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਅਸੀਂ ਸਿਰਫ ਅਫਸੋਸ ਹੀ ਕਰ ਸਕਦੇ ਹਾਂ ਆਪਣਿਆਂ ਨੂੰ ਹਨਾ ਆਪਾਂ ਇੱਦਾਂ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਨਹੀਂ ਕਿੰਨਾ ਜ਼ਿਆਦਾ ਦੁੱਖ ਆ ਉਹਨਾਂ ਦੀ ਸਾਰੀ ਉਮਰ ਦੀ ਜਿਹੜਾ ਉਹਨਾਂ ਦਾ ਪੁੱਤ ਜਿਹਦਾ ਪੁੱਤ ਚੱਲ ਜਾਓ ਹੁਣ ਬੰਦੇ ਨੂੰ ਮੈਨੂੰ ਤਾਂ ਸਮਝਾਉਣਾ ਵੀ ਨਹੀਂ ਆਉਣਾ ਬਹੁਤ ਵੱਡਾ ਘਾਟਾ ਪਿਆ ਆਪਣੀ ਮਿਊਜ਼ਿਕ ਇੰਡਸਟਰੀ ਨੂੰ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੋਇਆ ਆਹ ਉਹਦੇ ਵਾਲੀ ਗੱਡੀ ਆ ਨਿਕਲੀ ਸੀ ਘਰੋਂ ਲੈ ਕੇ ਗਿਆ ਸੀ ਕ੍ਰੋਸ ਕਰ ਲਈ ਹੁਣ ਧਿਆਨ ਨਾਲ ਦੇਖੋ ਹੁਣ ਆਪਾਂ ਉਹਦੀ ਸਮਾਧ 'ਤੇ ਚੱਲੇ ਹਾਂ ਅੱਜ ਉਹਦੀ ਥਾਰ ਵੀ ਹੈਗੀ ਸੀ ਉਹਦੀ 008 ਫੋਰਚੂਨਰ ਵੀ ਹੈਗੀ ਸੀ ਸਾਰੀਆਂ ਗੱਡੀਆਂ ਹੈਗੀਆਂ ਸੀ ਮੋਸਟਲੀ ਉਦਣ ਜੋ ਮੈਂ ਲਾਸਟ ਟਾਈਮ ਜਾ ਕੇ ਉਦਣ ਇਹਦੀਆਂ ਕੁਛ ਕੁ ਗੱਡੀਆਂ ਹੈ ਨਹੀਂ ਬਰਸੀ ਦਾ ਕਰਕੇ ਥਾਰ ਲਗੇ ਹੋਏ ਫੋਰਚੂਨਰ ਵੀ ਲਗੇ ਸੀ ਤਿਆਰ ਕਰਾਉਣ ਲਈ ਅਤੇ ਅੱਜ ਹੈਗੀ ਆਹ ਵੀ ਇਹਦੇ ਰਿਲੇਟਿਵ ਦੀ ਆ ਇਹਨਾਂ ਦੇ ਘਰਾਂ 'ਚੋਂ ਹੀ ਆਹ ਵੀ ਕੋਠੀ ਵਾਲਾ ਜਿਹੜਾ ਆਹ ਵਾਲਾ ਕੋਠੀ ਵਾਲਾ ਵਾ ਇਹਨਾਂ ਦੇ ਘਰਾਂ 'ਚੋਂ ਹੀ ਆਏ ਵੀ ਅਤੇ ਹੁਣ ਉਹਦੀ ਆਪਾਂ ਸਮਾਧ 'ਤੇ ਆਏ ਹਾਂ ਅਮਰਤ ਪਹਿਲੀ ਵਾਰੀ ਆਇਆ ਮੈਨੂੰ ਹੁਣ ਪਤਾ ਲੱਗਾ ਮੈਂ ਕਿਹਾ ਅਮਰਤ ਅੱਗੇ ਵੀ ਆਇਆ ਹੋਇਆ ਅਮਰਤ ਪਹਿਲੀ ਵਾਰ ਆਇਆ ਸੀ ਪਹਿਲੀ ਵਾਰ 'ਚ ਦੇਖ ਲਾ ਅੱਜ ਬਾਪੂ ਨੂੰ ਮਿਲ ਲਿਆ ਉਹਦੇ ਨੂੰ ਚਲੋ ਦਰਸ਼ਨ ਕਰਨੇ ਸੀਗੇ ਹਾਂ ਇੱਥੇ ਲਾ ਦੇਣਾ ਆਪਾਂ ਇੱਥੇ ਥੱਲੇ ਉਤਾਰ ਲਈ ਨਹੀਂ ਚੱਲ ਇੱਧਰ ਨੂੰ ਲਾ ਲਈ ਹੁਣ ਆਪਾਂ ਉਹਦੀ ਸਮਾਧ 'ਤੇ ਲੈ ਗਏ ਹਾਂ ਉਹ ਲੈ ਜਾ ਗਾਂ ਲੈ ਜਾ ਇਹ ਲੈ ਜਾ ਗਾਂ ਲੈ ਜਾ ਹੋਰ ਬਾ ਖੜਾ ਕਰ ਦੇ ਸਾਡੀਆਂ ਜਿੱਦਾਂ ਥੱਕ ਬਹੁਤ ਜ਼ਿਆਦਾ ਹੋਏ ਹੋਏ ਸੀਗੇ ਅਤੇ ਹੁਣ ਮਾੜਾ ਥੋੜ੍ਹੇ ਸੈੱਟ ਵਾ ਹੁਣ ਆਪਾਂ ਕੰਫਰਟੇਬਲ 'ਚ ਆਏ ਹਾਂ ਉਦੋਂ ਆਏ ਉਦੋਂ ਅਸੀਂ ਥੱਕੇ ਹੈਗੇ ਪੁੱਠਾ ਲੈ ਚੱਲ ਇੱਧਰ ਨੂੰ ਪੁੱਠਾ ਲੈ ਚੱਲ ਫੇਰ ਛੋਟਾ ਕਰ ਲੈਣਾ ਸੀ ਉਹ ਵੀ ਆਪਾਂ ਫਿਰਦੇ ਹਾਂ ਸ਼ਹਿਰ ਮਾਨਸੇ ਉਸਤਾਦ ਦੇ ਸ਼ਹਿਰ ਤਾਂ ਅਸੀਂ ਬੋਲਟ ਖਲਾਇਆ ਸਵੇਰ ਦਾ ਹੀ ਭਿੰਦੇ ਵਾਲੇ ਨੂੰ ਟਾਈਮ ਲੱਗਣ ਡਿਆ ਭਿੰਦੇ ਵਾਲੇ ਦੇ ਪਤਾ ਨਹੀਂ ਕੀ ਗੰਡੀਆਂ ਜਿਹੀਆਂ ਵਿਗੀਆਂ ਹੋਈਆਂ ਉਹਦੀਆਂ ਪਰ ਜਿੱਦਾਂ ਮਰਜ਼ੀ ਆ ਵੀ ਪੁਲਿਸ ਵਾਲਿਆਂ ਨੇ ਸਾਥ ਦੇ ਦਿੱਤਾ ਸਾਨੂੰ ਨੰਬਰ ਦੇ ਦਿੱਤਾ ਤਾਂ ਅਸੀਂ ਆ ਗਏ ਸਿੱਧਾ ਨਹੀਂ ਤਾਂ ਆਪਾਂ ਨੂੰ ਕਿੱਥੋਂ ਆਪਾਂ ਲੱਭੀ ਜਾਣਾ ਸੀ ਇੱਕ ਨੂੰ
ਮਾਲਵੇ ਚ ਹਰੇਕ ਨੂੰ ਸੈਂਸ ਆ ਜਿਹੜਾ ਰੈਂਡਮ ਬੰਦਾ ਵੀ ਆ ਉੱਥੇ ਪਤਾ ਕਿੱਦਾਂ ਕਰਦੇ ਆ ਇੱਥੇ ਉੱਥੇ ਕਿਸੇ ਨੇ ਖੜਾ ਕੇ ਵੀ ਨੀ ਪੁੱਛਣਾ ਤੈਨੂੰ ਡਰਾਈਵਰ ਮਾੜਾ ਸੀ ਇਹਦਾ ਬਾਕੀ ਕੋਈ ਗੱਲ ਨੀ ਇਹ ਡਰਾਈਵਰ ਨੀ ਕਰਨ ਡਿਆ ਗੱਲ ਇਹ ਡਰਾਈਵਰ ਦੇ ਦੇਖੀ ਸ਼ਕਲ ਦਿਖਾਉਣੇ ਤੁਹਾਨੂੰ ਤੁਸੀਂ ਕਹਿਣਾ ਤੁਸੀਂ ਸ਼ਕਲ ਦੇ ਕੇ ਮੰਨ ਜਾਣਾ ਕਹਿਣਾ ਇਹਨੇ ਚਲਾਇਆ ਹੋਣਾ ਪਹਿਲਾਂ ਕਦੇ ਨਹੀਂ ਹੋਰ ਗੱਲਾਂ ਦੀਆਂ ਗੱਲਾਂ ਸਾਡੇ ਵਲੋਗ ਚ ਮੰਨੂ ਸ਼ਾ ਰਿਹਾ ਜ਼ਿਆਦਾ ਚਰਚੇ ਹੋਣ ਡੇ ਆ ਜਿੱਦਾਂ ਮਰਜ਼ੀ ਬਈ ਜਿਹੜਾ ਉਹ ਖੜਾ ਮੰਨੂ ਵਾਲਾ ਇਹਨੂੰ ਨਿੰਦਦੇ ਸੀਗੇ ਇਹਨੂੰ ਇੱਦਾਂ ਕਹਿੰਦੇ ਸੀ ਕਹਿੰਦੇ ਇਹ ਪਹੁੰਚਣਾ ਨੀਗਾ ਇਹ ਖਿਲਰ ਜਾਣਾ ਵਾ ਤਾਂ ਉਹੀ ਲੈ ਕੇ ਆਇਆ ਦੋਵਾਂ ਮੋਟਰਸਾਈਕਲਾਂ ਨੂੰ ਮਗਲੈਲ ਉਹੀ ਮੈਂ ਇਹਨਾਂ ਗੱਲ ਕੀਤੀ ਅੱਗੇ ਮੈਂ ਕਿਹਾ ਫੁੱਲ ਹੋਇਆ ਪਿਆ ਸੀ ਉਹਨੂੰ ਸਾਹ ਨਹੀਂ ਹੁੰਦਾ ਤਾਂ ਧੂਆ ਮਾਰਦਾ ਸੀ ਉਹੀ ਸੜ ਕੇ ਬਲੀ ਜਾਂਦਾ ਸੀ ਲੋੜ ਤੇ ਕੱਢਿਆ ਉਹ ਹੁਣ ਅਸੀਂ 70-80 ਤੇ ਲਿਆਏ ਆ ਆਹ ਨੂੰ ਲੱਤ ਲਾ ਕੇ ਤੇਰੇ ਵਾਲੇ ਨੂੰ 70-80 ਤੇ ਲੱਤ ਲਾ ਕੇ ਮੰਨੂ ਵਾਲੇ ਨੂੰ ਫੋੜਦੇ ਆਏ ਅਸੀਂ ਵੱਡਾ ਨੀ ਮੰਨਦਾ ਕੋਈ ਦੋਰਾ ਗੇੜਾ ਲੱਗ ਜਾਣਾ ਸਾਡਾ ਤਾਂ ਜਾਂਦੀਆਂ ਸਾਨੂੰ ਉਹ ਬਾਬਿਓ ਆਪਾਂ ਪਹੁੰਚ ਚੁੱਕੇ ਹਾਂ ਤਰਵੰਡੀ ਸਾਬੋ ਅਤੇ ਹਜੇ ਇਸ਼ਨਾਨ ਕਰਨ ਡੇ ਸਾਰੇ ਨਾਲ ਅਤੇ ਬਾਬੇ ਦੀ ਮਿਹਰ ਨਾਲ ਹਜੇ ਦਰਸ਼ਨ ਕਰਨ ਲੱਗੇ ਹਾਂ ਅਤੇ ਪੈਣਾ ਤਾਂ ਵਧੀਆ ਨਿਕਲ ਗਿਆ ਹਜੇ ਤੱਕ ਤਾਂ ਕੋਈ ਦਿੱਕਤ ਨਹੀਂ ਆਈ ਮੋਟਰਸਾਈਕਲ ਦੀ ਆਈ ਸੀ ਉਹ ਚਲੋ ਹੂੜ ਮੱਤ ਸੀਗੀ ਉਹਨਾਂ ਦੀ ਗਲਤੀ ਸੀ ਉਹ ਕਰਾ ਲਈ ਹੁਣ ਭੁੱਲ ਚੁੱਕ ਮਾਫ਼ ਕਰਿਓ ਇੱਦਾਂ ਹੀ ਜਾਣ ਦਿਓ ਕੰਮ ਸੋ ਹੁਣ ਬਾਬਾ ਜੀ ਆਪਾਂ ਦਰਸ਼ਨ ਕਰ ਲਈਏ ਪਹਿਲਾਂ ਅਸੀਂ ਸਿੱਧਾ ਆਣ ਕੇ ਸਰੋਵਰ ਵੱਲ ਬਹਿ ਗਏ ਸੀਗੇ ਇਸ਼ਨਾਨ ਕਰਨਾ ਸੀ ਮੁੰਡਿਆਂ ਨੇ ਹੁਣ ਹਵਾ ਵਾ ਗੰਢੀ ਮਾੜੀ ਮਾੜੀ ਉਹਦਾ ਸੈੱਟ ਆ ਹੁਣ ਚੱਲਦੇ ਹਾਂ ਦਰਸ਼ਨ ਕਰੀਏ ਇੱਧਰ ਤੁਹਾਨੂੰ ਵੀ ਕਰਾਈਏ ਦਰਸ਼ਨ ਬਾਬਾ ਜੀ ਦੇ ਹੋ ਗਏ ਆ ਕਦੋਂ ਬੁੱਕ ਅੱਡੀ ਜਾਂਦਾ ਸੀ ਦਰਸ਼ਨ ਬਹੁਤ ਸੋਹਣੇ ਹੋ ਗਏ ਬਾਬਾ ਜੀ ਦੇ ਮਜ਼ਾ ਆ ਗਿਆ ਕੀਰਤਨ ਸੁਣਦੇ ਨੀਂਦ ਹੀ ਆਉਣ ਲੱਗ ਪਈ ਹੁਣ ਮੌਸਮ ਖਰਾਬ ਹੋਈ ਜਾਂਦਾ ਮੇਰੇ ਖਿਆਲ ਸਾਡੇ ਜਾਂਦੇ ਜੇ ਤਾਂ ਇਹਨਾਂ ਨੇ ਹੁਸ ਹੁਸ ਕੀਤੀ ਕੀੜੀ ਵਾਲੀ ਜੂੰ ਵਾਲੀ ਤੋਰ ਹੁਣ ਥੋੜ੍ਹੀ ਖਿੱਚ ਲਿਓ ਬਣਾ 50-60 ਦੇ ਜਾਇਓ ਫੇਰ ਤਾਂ ਗਿੱਲੇ ਹੋ ਜਾਣਾ ਆਪਾਂ ਕਿਉਂਕਿ ਮੌਸਮ ਖਰਾਬ ਹੋ ਜਾਣਾ ਵਾ ਕੇਕ ਦਾ ਵੀ ਕੰਮ ਕਰਾਉਣਾ ਕੇਕ ਦਾ ਕੰਮ ਕਰਾਉਣਾ ਸੀ
ਅੱਛਾ ਇੱਥੇ ਆ ਕਬੂਤਰ ਬੱਚੇ ਉਹਦੇ ਮੈਂ ਕਿਹਾ ਚੂ ਚੂ ਕਰੀ ਜਾਂਦੇ ਆ ਹੁਣ ਆਪਾਂ ਕਢਾਈਏ ਆਪਣੇ ਜੋੜੇ ਜੋੜੇ ਕਢਾ ਕੇ ਚੱਲੀਏ ਹੁਣ ਮੌਸਮ ਬਾਰੇ ਖਰਾਬ ਹੋ ਜਾਂਦਾ ਇੱਧਰੋਂ ਵੀ ਬਸ ਉੱਧਰੋਂ ਚੜਿਆ ਹੋਇਆ ਹਵਾ ਬਹੁਤ ਵਗਣ ਡੀ ਆ ਹਵਾ ਵਗਦੀ ਪਤਾ ਫੀਲ ਹੁੰਦਾ ਹੋਣਾ ਮੋਟਰਸਾਈਕਲ ਮੈਂ ਇਸੇ ਗੱਲੋਂ ਕਹਿੰਦਾ ਹੌਲੀ ਹੌਲੀ ਜਦੋਂ ਵਲੋਗ ਪੜ੍ਹਦਾ ਉਦੋਂ ਹੌਲੀ ਆਵਾਜ਼ ਬਹੁਤ ਜਾਂਦੀ ਆਡੀਅੰਸ ਆਪਣੀ ਸੁਣਦੀ ਨਹੀਂ ਫਿਰ ਉਹ ਹੋਏ ਨੀਲੇ ਨੀਲੇ ਮੈਂ ਤੇ ਨਹੀਂ ਇੱਥੇ ਨਹੀਂ ਰੁਕੇ ਪ੍ਰਸ਼ਾਦਾ ਛਕਿਆ ਸੀ ਉੱਧਰ ਜਾ ਕੇ ਕੌਣ ਅਮਰ ਜੀ ਲਾਉਣ ਲੱਗਾ ਬਾਬੇ ਥੋੜਾ ਟਾਈਮ ਰਹਿ ਗਿਆ ਹੁਣ ਆਪਾਂ ਆ ਗਏ ਮਾਨਸੇ ਫੇਰ ਅੱਜ ਮਾਨਸਾ ਬਹੁਤ ਘੁੰਮੇ ਯਾਰ ਬਹੁਤ ਜ਼ਿਆਦਾ ਇੰਨਾ ਮਾਨਸਾ ਘੁੰਮਿਆ ਪਹਿਲਾਂ ਹੁਣ ਪਿੰਡਿਆਲਾ ਬੋਲਟ ਸੀਗਾ ਉਹ ਹੋ ਚੁੱਕਿਆ ਸੈੱਟ ਪੂਰਾ ਕਿੱਧਰ ਗਿਆ ਆ ਮੈਂ ਕਿਹਾ ਪਿੰਦੇੜਾ ਬੋਲਟ ਪੂਰਾ ਸੈੱਟ ਹੋ ਚੁੱਕਿਆ ਅੰਕਲ ਹੁਣ ਪੂਰਾ ਸੈੱਟ ਕਰਤਾ ਵਾ ਉਹ ਪੁਲਿਸ ਵਾਲਾ ਦਾ ਧੰਨਵਾਦ ਜਿਹੜਾ ਨੰਬਰ ਦੇ ਦਿੱਤਾ ਸਾਨੂੰ ਨਹੀਂ ਤਾਂ ਕੰਮ ਬਹੁਤ ਲੇਟ ਹੋ ਜਾਣੇ ਹਨਾ ਪਿੰਦੇ ਮੈਂ ਕਿਹਾ ਪੁਲਿਸ ਵਾਲਿਆਂ ਨੇ ਨੰਬਰ ਦੇ ਦਿੱਤਾ ਸੀ ਚੰਗਾ ਹੀ ਹੋ ਗਿਆ ਆਪਣਾ ਕੰਮ ਨਹੀਂ ਤਾਂ ਮਤਲਬ ਦੁਕਾਨ ਨਹੀਂ ਲੱਭਦੀ ਫਿਰ ਨਹੀਂ ਦੂਜਾ ਇਹਦਾ ਨੰਬਰ ਇਹਦੀ ਕਿੱਕ ਦੂਜੇ ਤੀਜੇ ਗੇਟ 'ਚ ਸਾਡੀ ਪਿੱਛੇ ਨੂੰ ਥੱਲੇ ਵੱਜਦੀ ਆ ਅੱਛਾ ਉਹ ਸੈੱਟ ਕਰਾਈਏ ਹੁਣ ਹੁਣ ਨਹੀਂ ਵਧੀਆ ਆ ਨਹੀਂ ਐਵੇਂ ਬਾਅਦ ਜ਼ੋਰ ਲਾਉਂਦੇ ਲਾਉਂਦੇ ਪਿੱਛੇ ਕਿੱਕ ਥੱਲੇ ਲੱਗੀ ਹੋਵੇ ਉਹ ਵੇਟ ਥੋੜੀ ਕਰਦੇ ਹੋ ਨਿਕਲ ਗਏ ਹੁਣੇ ਮੀਂਹ ਪੈਣ ਡਿਆ ਉਹਦੇ ਬਾਬਾ ਮੈਨੂੰ ਸਾਰਾ ਪਹਿਲਾਂ ਪਤਾ ਪੈਂਦਾ ਮੱਠਾ ਮੱਠਾ ਮੀਂਹ ਪਈ ਜਾਂਦਾ ਵਾ